ਪੰਜਾਬ ਦੇ ਵਿੱਚ ਗਰਮੀ ਤੇ ਹਮਸ ਵੱਧ ਗਈ ਹੈ ਤਾਪਮਾਨ 38 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਮੌਨਸੂਨ ਨਿਰਧਾਰਿਤ ਸਮੇਂ ਤੋਂ ਇੱਕ ਹਫ਼ਤਾ ਪਹਿਲਾਂ ਪਹੁੰਚ ਗਿਆ ਸੀ ਪਰ ਇਸ ਦਾ ਅਸਰ ਹੁਣ ਘਟਦਾ ਦਿਖਾਈ ਦੇਣ ਲੱਗਿਆ। ਪਿਛਲੇ ਦਿਨੀ ਪਏ ਮੀਂਹ ਦੇ ਬਾਵਜੂਦ ਸੂਬੇ ਦੇ ਵਿੱਚ ਗਰਮੀ ਤੇ ਹਮਸ ਇਸ ਵਕਤ ਸਿਖਰਾਂ ਤੇ ਪਹੁੰਚੀ ਹੋਈ ਹੈ। ਕੱਲ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਤਾਪਮਨ 38.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਮੌਨਸੂਨ ਪਹੁੰਚਣ ਤੋਂ ਪਹਿਲਾਂ ਇਹ 40 ਤੋਂ 45 ਡਿਗਰੀ ਸੈਲਸੀਅਸ ਤੱਕ ਪੂਰੇ ਪੰਜਾਬ 'ਚ ਪਹੁੰਚਿਆ ਹੋਇਆ ਸੀ। ਮੌਸਮ ਵਿਭਾਗ ਨੇ ਅੱਜ ਵੀ ਕਿਤੇ ਕਿਤੇ ਮੀਂਹ ਪੈਣ ਦੀ ਥੋੜੀ ਜਿਹੀ ਸੰਭਾਵਨਾ ਜਤਾਈ ਹੈ ਤੇ ਕੱਲ ਰਾਤ ਨੂੰ ਕੁਝ ਥਾਵਾਂ ਤੇ ਹਲਕਾ ਅਤੇ ਫਿਰ 5 ਤੇ 6 ਜੁਲਾਈ ਨੂੰ ਸੂਬੇ ਦੇ ਵਿੱਚ ਦਰਮਿਆਨਾ ਮੀਂਹ ਪੈਣ ਦੀ پیشن گوئی ਕੀਤੀ ਗਈ ਹੈ ਦੋ ਦਿਨ ਪਹਿਲਾਂ ਚੰਡੀਗੜ੍ਹ ਬਰਨਾਲਾ ਫਤਿਗੜ ਸਾਹਿਬ ਉਹ ਹੁਸ਼ਿਆਰਪੁਰ ਮੋਹਾਲੀ ਤੇ ਕੁਝ ਹੋਰ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪਿਆ ਸੀ ਜਿਸ ਤੋਂ ਬਾਅਦ ਕੱਲ ਦਿਨ 'ਚ ਐਨੀ ਕੁ ਕਰਾਰੀ ਧੁੱਪ ਨਿਕਲੀ ਕਿ ਛੁੱਟੀ ਹੋਣ ਦੇ ਬਾਵਜੂਦ ਵੀ ਲੋਕ ਘਰਾਂ ਦੇ ਵਿੱਚ ਹੀ ਬੈਠੇ ਰਹੇ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਰਹੇ ਸੋ ਅੱਜ ਕੱਲ ਪਰਸੋਂ ਤੇ ਚੌਥੇ 3 ਤੋਂ ਲੈ ਕੇ 6 ਜੁਲਾਈ ਤੱਕ ਹਲਕਾ ਤੇ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਹੈ 5 ਤੇ 6 ਨੂੰ ਪੂਰੇ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ ਦੇਖਦੇ ਹਾਂ ਕਿੰਨਾ ਕੁ ਮੀਂਹ ਪੈਂਦਾ ਹੈ ਤੇ ਗਰਮੀ ਤੇ ਹੌਮਸ ਕਿੰਨੀ ਕੁ ਘਟਦੀ ਹੈ ਖੇਤੀਬਾੜੀ ਦੇ ਲਈ ਇਹ ਮੀਂਹ ਕਿੰਨਾ ਕੁ ਲਾਹੇਵੰਦ ਹੈ ਇਸ ਦੀ ਵੀ ਗੱਲ ਕਿਸਾਨਾਂ ਦੇ ਜ਼ਰੀਏ ਹੀ ਕਰ ਲੈਂਦੇ ਹਾਂ ਜੂਨ ਮਹੀਨੇ ਪਏ ਮੀਂਹ ਨੇ ਝੋਨੇ ਦੀ ਲਵਾਈ ਨੂੰ ਤਾਂ ਹੁਲਾਰਾ ਦਿੱਤਾ ਕਹਿੰਦੇ ਉੱਥੇ ਹੀ ਨਰਮੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਲਈ ਵੀ ਰਾਹ ਖੋਲ੍ਹ ਦਿੱਤਾ ਹੈ ਕਿਸਾਨਾਂ ਮੁਤਾਬਕ ਪੰਜਾਬ 'ਚ ਮੀਂਹ ਹੈ ਜਿਹੜਾ ਝੋਨੇ ਲਈ ਤਾਂ ਵਰਦਾਨ ਹੈ ਪਰ ਨਰਮੇ ਦੇ ਲਈ ਇਸ ਰਾਪ ਹੈ ਇਸ ਵਾਰੀ ਮੀਂਹ ਨਹੀਂ ਨਹਿਰੀ ਪਾਣੀ ਅਤੇ ਜ਼ਮੀਨ ਦੋਸ ਪਾਣੀਆਂ ਦੀ ਇਸ ਕਦਰ ਪਰਮਾ ਰਿ ਹੈ ਕਿ ਝੋਨਾ ਬੀਜਣ ਵਾਲੇ ਜ਼ਿਆਦਾਤਰ ਕਿਸਾਨਾਂ ਨੂੰ ਪਾਣੀ ਦੀ ਤੋਟ ਬਾਰੇ ਕੋਈ ਸ਼ਿਕਾਇਤ ਹੀ ਨਹੀਂ ਹੈ ਲੋਕ ਆਪ ਸਰਕਾਰ ਦੇ ਗੁਣ ਵੀ ਗਾ ਰਹੇ ਨੇ ਦੂਜੇ ਪਾਸੇ ਕੁਝ ਦਿਨਾਂ ਦੇ ਵਕਫੇ ਨਾਲ ਪੈ ਰਹੇ ਮੀਂਹ ਸਦਕਾ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਤੋਂ ਖਤਰੇ ਦਾ ਖਤਰਾ ਹੈ ਪੰਜਾਬ ਸਰਕਾਰ ਨੇ ਇਸ ਵਾਰੀ 3 ਲੱਖ ਹੈਕਟੇਅਰ ਰਕਬੇ ਦੇ ਵਿੱਚ ਨਰਮੇ ਦੀ ਬਿਜਾਈ ਦਾ ਟੀਚਾ ਤੈਅ ਕੀਤਾ ਸੀ ਪਰ ਐਤਕੀ ਬਿਜਾਈ ਦੇ ਲਈ ਜਿਹੜਾ ਰਕਬਾ ਹੈ ਉਹ ਕਾਫੀ ਘਟਿਆ ਹੈ ਸਿਰਫ 1.75 ਹਜ਼ਾਰ ਹੈਕਟੇਅਰ ਦੇ ਵਿੱਚ ਹੀ ਨਰਮੇ ਦੀ ਬਿਜਾਈ ਹੋਈ ਹੈ ਤੇ ਨਰਮੇ ਹੇਠਲਾ ਰਕਬਾ ਘਟਣ ਦਾ ਵੱਡਾ ਕਾਰਨ ਬਿਜਾਈ ਮੌਕੇ ਨਹੀਂ ਪੈਣਾ ਦੱਸਿਆ ਜਾ ਰਿਹਾ ਹੈ ਕਿਉਂਕਿ ਨਰਮਾ ਵਾਰੀ-ਵਾਰੀ ਕਰੰਟ ਹੁੰਦਾ ਰਿਹਾ ਤੇ ਕਿਸਾਨਾਂ ਨੂੰ ਨਰਮੇ ਦੀ ਮੋੜ-ਮੋੜ ਬਿਜਾਈ ਕਰਨੀ ਪਈ ਹਾਲਾਂਕਿ ਖੇਤੀਬਾੜੀ ਵਿਭਾਗ ਨੇ ਝੋਨੇ ਦੀ ਫਸਲ ਨਾਲ ਪਾਣੀ ਦੀ ਹੁੰਦੀ ਦੁਰਵਰਤੋਂ ਨੂੰ ਠੱਲਣ ਲਈ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਗਸਨਰ ਅਨੇ ਨਰਮੇ ਦੀ ਬਜਾਈ ਚ ਬਹੁਤੀ ਰੁਚੀ ਐਤਗੀ ਨਹੀਂ ਦਿਖਾਈ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਨਰਮੇ ਦੇ ਬੀਜਾਂ ਤੇ 33% ਦੀ ਸਬਸਿਡੀ ਵੀ ਦਿੱਤੀ ਦੂਜੇ ਪਾਸੇ ਕਿਸਾਨਾਂ ਨੂੰ ਇਹ ਰੋਸਾ ਵੀ ਹੈ ਕਿ ਪਿਛਲੇ ਸਾਲ ਵੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਖਾ ਗਈ ਸੀ ਪੰਜਾਬ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਸੀ ਪਰ ਹਾਲੇ ਤੱਕ ਵੀ ਕਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹਾਲੇ ਤੱਕ ਵੀ ਕਿਸਾਨ ਧਰਨੇ ਮੁਜ਼ਾਰੇ ਹੀ ਲਾ ਰਹੇ ਨੇ ਪਿਛਲਾ ਮੁਆਵਜ਼ਾ ਲੈਣ ਦੇ ਲਈ ਸੋ ਕਈ ਸਰਕਾਰਨ ਨੇ ਜਿਸ ਕਰਕੇ ਨਰਮੇ ਦੀ ਨਰਮੇ ਦੇ ਹੇਠਲਾ ਰਕਬਾ ਜਿਹੜਾ ਉਹ ਘਟਿਆ ਹੈ ਨਰਮੇ ਤੋਂ ਬਾਅਦ ਝੋਨੇ ਦੀ ਵੀ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਬਾਸਮਤੀ ਨੂੰ ਝੋਨੇ ਦੇ ਬਦਲ ਵਜੋਂ ਦੇਖ ਰਹੀ ਹੈ ਕਿਉਂਕਿ ਝੋਨੇ ਨਾਲ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਬਹੁਤ ਹੁੰਦੀ ਹੈ ਇਸ ਕਰਕੇ ਸਰਕਾਰ ਕਹਿੰਦੇ ਸੌਣੀ ਸੀਜ਼ਨ ਦੌਰਾਨ ਸੂਬੇ ਦੇ ਵਿੱਚ ਬਾਸਮਤੀ ਹਿੱਟ ਲਰਕਵਾ 20% ਦੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਬਾਸਮਤੀ ਦੀ ਲੁਆਈ ਇਸ ਸੇਮਹੀਨੇ ਸ਼ੁਰੂ ਹੋਣੀ ਹੈ ਤੇ ਵਿਭਾਗ ਇਹ ਕਿ 6 ਲੱਖ ਹੈਕਟੇਰ ਰਕਬੇ ਦੇ ਵਿੱਚ ਬਾਸਮਤੀ ਦੀ ਲੁਆਈ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ ਪਿਛਲੇ ਸਾਲ ਇਹ ਰਕਬਾ 494000 ਹੈਕਟੇਰ ਸੀ ਇਹ ਵੀ ਪਤਾ ਲੱਗਿਆ ਕਿ ਪੰਜਾਬ ਸਰਕਾਰ ਬਾਸਮਤੀ ਦੀ ਫਸਲ ਤੇ 2600 ਤੋਂ ਲੈ ਕੇ 2800 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਦੇਣ ਦੀ ਯੋਜਨਾ ਬਣਾ ਰਹੀ ਹੈ ਤੇ ਜੇ ਬਾਜ਼ਾਰ ਦੇ ਵਿੱਚ ਐਮਐਸਪੀ ਤੋਂ ਭਾਅ ਘਟੂਗਾ ਤਾਂ ਸਰਕਾਰ ਕਿਸਾਨਾਂ ਦੀ ਬਾਸਮਤੀ ਖੁਦ ਖਰੀਦੇਗੀ ਤੇ ਬਾਸਮਤੀ ਦੀ ਫਸਲ ਨੂੰ ਪੰਜਾਬ ਚ ਹੁਲਾਰਾ ਦੇਣ ਲਈ ਖੇਤੀਬਾੜੀ ਵਿਭਾਗ ਨੇ ਕਿਸਾਨ ਮਿੱਤਰ ਸਕੀਮ ਵੀ ਸ਼ੁਰੂ ਕੀਤੀ ਹੈ ਜਿਸ ਤਹਿਤ ਕਿਸਾਨ ਨੂੰ ਫਸਲ ਸੰਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ ਕਿਸਾਨ ਮਿੱਤਰ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਦੀ ਪੈਦਾਵਾਰ ਬਾਰੇ ਜਾਗਰੂਕ ਕਰਨਗੇ ਫਸਲ ਦੀ ਲੁਆਈ ਤੋਂ ਲੈ ਕੇ ਵੱਢਣ ਤੱਕ ਕਿਸਾਨਾਂ ਦੇ ਸੰਪਰਕ ਵਿੱਚ ਰਹਣਗੇ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਸਿਫਾਰਿਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਵਰਤਨ ਦੀ ਸਲਾਹ ਕਿਸਾਨਾਂ ਨੂੰ ਦਿੱਤੀ ਜਾਵੇਗੀ ਤੇ ਕੀਟਨਾਸ਼ਕ ਦੀ ਵਰਤੋਂ ਘਟਾਉਣ ਦੇ ਲਈ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਭਾਰਤ ਹਰ ਸਾਲ 3500 ਕਰੋੜ ਰੁਪਏ ਤੋਂ ਵੱਧ ਦੀ ਬਾਸਮਤੀ ਬਰਾਮਾ ਕਰਦਾ ਹੈ ਜ ਜਿਹਦੇ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਹੁੰਦਾ ਹੈ ਪੰਜਾਬ ਦੇ ਵਿੱਚ ਕਿਸਾਨ ਮੁੱਖ ਤੌਰ ਤੇ ਬਾਸਮਤੀ ਦੀਆਂ ਪੂਸਾ 1121 ਪੂਸਾ 1509 ਤੇ 386 ਕਿਸਮਾਂ ਦੀ ਪੈਦਾਵਾਰ ਕਰਦੇ ਨੇ ਉਧਰ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਹੈ ਕਿ ਸਰਕਾਰ ਸੂਬੇ ਦੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਦੇ ਲਈ 350 ਕਰੋੜ ਦੀ ਯੋਜਨਾ ਤਿਆਰ ਕਰ ਚੁੱਕੀ ਹੈ ਇਸ ਤਹਿਤ ਜਿੱਥੇ ਪ੍ਰਾਣੀ ਪ੍ਰਬੰਧਨ ਮਸ਼ੀਨਾਂ ਤੇ ਸਹਿਕਾਰੀ ਸੁਭਾਵਾਂ ਤੇ ਹੋਰ ਗਰੁੱਪ 80% ਸਬਸਿਡੀ ਦਾ ਲਾਭ ਲੈ ਸਕਦੇ ਨੇ ਉੱਥੇ ਵਿਅਕਤੀਗਤ ਤੌਰ ਤੇ ਕਿਸਾਨਾਂ ਨੂੰ 50% ਦੀ ਸਬਸਿਡੀ ਮਿਲੇਗੀ ਕਿਸਾਨਾਂ ਨੂੰ 20000 ਤੋਂ ਵੱਧ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਜਾਣਗੀਆਂ 100 ਕਸਟਮ ਹਾਇਰਿੰਗ ਸੈਂਟਰ ਵੀ ਸਥਾਪਿਤ ਕੀਤੇ ਜਾਣਗੇ ਸਬਸਿਡੀ ਹਾਸਲ ਕਰਨ ਦੇ ਲਈ ਕਿਸਾਨ ਪੋਰਟਲ ਜਿਹੜਾ ਬਣਾਇਆ ਗਿਆ ਸਰਕਾਰ ਦੇ ਵੱਲੋਂ agreemachinerypunjab.com agrimachinerypb.com ਉਤੇ 20 ਜੁਲਾਈ ਤੱਕ ਅਪਲਾਈ ਕਰ ਸਕਦੇ ਨੇ ਯਾਨਕਿ 17 ਕ ਦਿਨ ਹਲੇ ਹੈਗੇ ਨੇ ਅਪਲਾਈ ਕਰਨ ਤੋਂ ਬਾਅਦ ਵਿਭਾਗ ਹਰ ਕੇਸ ਦੀ ਜਾਂਚ ਕਰਨ ਤੋਂ ਬਾਅਦ ਇਹ ਸਬਸਿਡੀ ਦੇਵੇਗਾ ਕਿਸਾਨਾਂ ਦੇ ਨਾਲ ਜੁੜੀ ਇੱਕ ਹੋਰ ਖਬਰ ਵੀ ਹੈ ਸੰਗਰੂਰ ਤੋਂ ਪੰਜਾਬੀ ਟ੍ਰਿਬਿਊਨ ਦੇ ਇੱਕ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਮੂੰਗੀ ਦੀ ਫਸਲ ਪਕਾਉਣ ਦੇ ਲਈ ਕਿਸਾਨ ਖਤਰਨਾਕ ਕੈਮੀਕਲ ਵਰਤਣ ਲੱਗੇ ਨੇ ਜਿਹੜਾ ਕਿ 3 ਦਿਨਾਂ ਦੇ ਵਿੱਚ ਫਸਲ ਨੂੰ ਸੁਕਾ ਦਿੰਦਾ ਹੈ ਪਕਾ ਦਿੰਦਾ ਹੈ ਤੇ ਨਾ ਖਾਦਾਂ ਦੀ ਜਿ ਵਧੇਰੇ ਵਰਤੋਂ ਹੁੰਦੀ ਹੈ ਤਾਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ ਦਰਅਸਲ ਮੌਜੂਦਾ ਸਮੇਂ ਦੇ ਵਿੱਚ ਕਿਸਾਨਾਂ ਦੇ ਵਿੱਚ ਮੂੰਗੀ ਦੀ ਫਸਲ ਨੂੰ ਕੁਦਰਤੀ ਤੌਰ ਤੇ ਪੱਕਣ ਦੀ ਥਾਂ ਸੁਕਾਉਣ ਦਾ ਨਵਾਂ ਰੁਝਾਨ ਚੱਲਿਆ ਹੈ ਜਿਹੜਾ ਕਾਫੀ ਖਤਰਨਾਕ ਹੈ ਕੁਦਰਤੀ ਤਰੀਕੇ ਨਾਲ ਮੂੰਗੀ ਦੀ ਫਸਲ ਦੇ ਪੱਤੇ ਸੁਕਾਉਣ ਦੇ ਲਈ ਜਿੱਥੇ ਕਿਸਾਨਾਂ ਨੂੰ ਕਈ ਦਿਨਾਂ ਦੀ ਉਡੀਕ ਕਰਨੀ ਪੈਂਦੀ ਹੈ ਉੱਥੇ ਹੀ ਹੁਣ ਗੈਰ ਕੁਦਰਤੀ ਤਰੀਕੇ ਦੇ ਨਾਲ ਮੂੰਗੀ ਦੀ ਫਸਲ ਦੇ ਪੱਤੇ ਸੁਕਾਉਣ ਦੇ ਲਈ ਕਿਸਾਨ ਪੈਰਾਕਵਾਟ ਦਾ ਸਪਰੇਅ ਕਰ ਰਹੇ ਨੇ ਜੋ ਫਸਲ ਦੇ ਨਾਲ-ਨਾਲ ਸਿਹਤ ਇਹ ਵੀ ਕਾਫੀ ਨੁਕਸਾਨਦੇਹ ਹੈ ਜਿਸ ਦੇ ਵਰਤੋਂ ਨਾਲ ਕਿਡਨੀ ਤੇ ਲੀਵਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਤੇ ਹੌਲੀ-ਹੌਲੀ ਕੈਂਸਰ ਦੀ ਬਿਮਾਰੀ ਨੂੰ ਜਨਮ ਦੇ ਸਕਦਾ ਹੈ ਇਹ ਕਿਉਂ ਕੀਤਾ ਜਾ ਰਿਹਾ ਹੈ ਇਹਦਾ ਇਹਦਾ ਕਾਰਨ ਇਹੀ ਹੈ ਕਿ ਝੋਨਾ ਲਾਉਣ ਦੀ ਕਾਲੀ ਕਰਕੇ ਕਿਸਾਨ ਮੂੰਗੀ ਦੀ ਫਸਲ ਛੇਤੀ ਵਧਣ ਲਈ ਕਾਲੇ ਨੇ ਕਿਉਂਕਿ ਮੌਨਸੂਨ ਸਿਰ ਤੇ ਹੈ ਪਾਣੀ ਕਿਸਾਨਾਂ ਨੂੰ ਮਿਲ ਰਿਹਾ ਹੈ ਤੇ ਕਿਸਾਨ ਛੇਤੀ ਤੋਂ ਛੇਤੀ ਝੋਨੇ ਦੀ ਫਸਲ ਬੀਜਣਾ ਚਾਹੁੰਦਾ ਹੈ ਪੈਰਾਕਵਾਟ ਦੇ ਛਿੜਕਾ ਦੇ ਨਾਲ 24 ਤੋਂ ਲੈ ਕੇ 72 ਘੰਟਿਆਂ ਦੇ ਵਿੱਚ ਫਸਲ ਦੇ ਪੱਤੇ ਸੁੱਕ ਜਾਂਦੇ ਨੇ ਜਦਕਿ ਕੇਰਲਾ ਸੂਬੇ ਸਣੇ ਕਈ ਹੋਰ ਮੁਲਕਾਂ ਦੇ ਵਿੱਚ ਇਸ ਪੈਰਾਕਵਾਟ ਦੀ ਸਪਰੇ ਦੇ ਉੱਤੇ ਪਾਬੰਦੀ ਲਾਈ ਗਈ ਹੈ ਕੀਟਨਾਸ਼ਕ ਦਵਾਈਆਂ ਦੇ ਇੱਕ ਡੀਲਰ ਨੇ ਦੱਸਿਆ ਕਿ ਪੈਰਾਕਵਾਟ ਨਦੀਨਾਂ ਦੇ ਖਾਤਮੇ ਲਈ ਬਣੀ ਹੈ ਪਰ ਕਿਸਾਨ ਖੇਤੀ ਵਿੱਚ ਖੜੀ ਖੇਤਾਂ ਵਿੱਚ ਖੜੀ ਆਲੂ ਤੇ ਮੂੰਗੀ ਦੀ ਫਸਲ ਸੁਕਾਉਣ ਦੇ ਲਈ ਇਹਦੀ ਵਰਤੋਂ ਕਰਨ ਲੱਗੇ ਨੇ ਵਾਤਾਵਰਣ ਪ੍ਰੇਮੀ ਗੁਰਮੀਤ ਸਿੰਘ ਗਾਗਿਆਵਾਲ ਕਹਿੰਦੇ ਨੇ ਕਿ ਜੋ ਦਵਾਈ ਪੱਤਿਆਂ ਨੂੰ 3 ਦਿਨਾਂ ਚ ਸੁਕਾ ਦਿੰਦੀ ਹੈ ਉਹ ਅੰਦਰ ਜਾ ਕੇ ਸੰਦੇਸ ਇਹ ਕਿੰਨਾ ਮਾੜਾ ਅਸਰ ਕਰਦੀ ਹੋਏਗੀ ਇਹ ਅਸੀਂ ਸਾਰੇ ਸਮਝ ਸਕਦੇ ਹਾਂ ਇਸ ਕਰਕੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਪੈਰਾਕੋਟ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਨੇ ਐਤਕੀ ਭਾਵੇਂ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਨਾਲ ਮਾਲਾ-ਮਾਲ ਕਰ ਦਿੱਤਾ ਹੈ ਕਿਸਾਨ ਸੰਤੁਸ਼ਟ ਵੀ ਹਨ ਪਰ ਮਾਲਵੇ ਦੇ ਕਈ ਪਿੰਡ ਹਾਲੇ ਵੀ ਨਹਿਰੀ ਪਾਣੀ ਨੂੰ ਤਰਸ ਰਹੇ ਨੇ ਵੱਡੀ ਗਿਣਤੀ ਖੇਤਾਂ ਨੂੰ ਲੋੜ ਮੁਤਾਬਕ ਨਹਿਰੀ ਪਾਣੀ ਇੱਥੇ ਨਹੀਂ ਮਿਲ ਰਿਹਾ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਉਸ ਨੌਜਵਾਨ ਦੀ ਵੀਡੀਓ ਸਾਂਝੀ ਕਰਕੇ ਉਹਦਾ ਨੰਬਰ ਮੰਗਿਆ ਹੈ ਜਿਸ ਨੇ ਪੰਜਾਬ ਸਰਕਾਰ ਦੀ ਪਾਣੀ ਦੇ ਮਸਲੇ ਦੇ ਉੱਤੇ ਬਾਵਾ ਤਾਰੀਫ ਕੀਤੀ ਹੈ ਪਰਮਾਨਸਾਂ ਦੀ ਬੁਲਾੜਾ ਤਹਿਸੀਲ ਚ ਪੈਂਦੇ ਪਿੰਡ ਦਿয়ালਪੁਰਾ ਤੇ ਇਹਦੇ ਨਾਲ ਲੱਗਦੇ ਮਲ ਸਿੰਘ ਵਾਲਾ ਪਿੰਡ ਸਾਢੇ 3 ਦਹਾਕਿਆਂ ਤੋਂ ਨਹਿਰੀ ਪਾਣੀ ਨੂੰ ਤਰਸ ਰਹੇ ਨੇ ਇਸੇ ਤਰ੍ਹਾਂ ਗੁਰਨੇ ਕਲਾਂ ਗੁਰਨੇ ਖੁਰਦ ਹਸਨਪੁਰ ਬੋੜਾਵਾਲ ਫਫੜੇ ਪਾਈਕੇ ਬਰੇ ਪਿੱਪਲੀਆਂ ਅਹਿਮਦਪੁਰ ਮੰਗਾਣੀਆਂ ਇਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਨਹਿਰੀ ਖਾਲ ਚਾਲੂ ਹਾਲਤ ਦੇ ਵਿੱਚ ਨਹੀਂ ਹੈਗੇ ਤੇ ਬਹੁਤ ਸਾਰੇ ਹੋਰ ਵੀ ਅਜਿਹੇ ਪਿੰਡ ਨੇ ਜਿੱਥੇ ਨਹਿਰੀ ਖਾਲ ਅਜੇ ਵੀ ਨਾ ਮਾਤਰ ਨੇ ਕਈ ਪਿੰਡਾਂ ਦੇ ਵਿੱਚ ਨਹਿਰੀ ਖਾਲ ਚਾਲੂ ਹਾਲਤ ਦੇ ਵਿੱਚ ਹੀ ਨਹੀਂ ਹਨ ਦੁਜੀਵਾਸੇ ਆਮ ਆਦਮੀ ਪਾਰਟੀ ਦੇ ਬੁੱਢਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਸਾਰੇ ਪਿੰਡਾਂ ਦੇ ਵਿੱਚ ਖੇਤਾਂ ਤੱਕ ਪੂਰਾ ਪਾਣੀ ਪਹੁੰਚਾਉਣ ਦੇ ਲਈ ਉਪਰਾਲੇ ਕਰ ਰਹੀ ਹੈ ਨਵੀਆਂ ਸਕੀਮਾਂ ਤਹਿਤ ਖਾਲਾਂ ਨਹਿਰਾਂ ਤੇ ਸੂਏ ਕੱਸੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਮਾਲੀਵਰੇ 2023-24 ਦੀ ਪਹਿਲੀ ਤਿਮਾਹੀ ਦੀ ਟੈਕਸ ਵਸੂਲੀ ਦੇ ਵਿੱਚ 25 ਫੀਸਦੀ ਦਾ ਵਾਅਦਾ ਦਰਜ ਹੋਇਆ ਹੈ ਵਿੱਤੀ ਸੰਕਟ ਨਾਲ ਜੂਝ ਰਹੇ ਪੰਜਾਬ ਦੀ GST ਵਸੂਲੀ ਪਹਿਲੀ ਤਮਾਹੀ ਦੇ ਵਿੱਚ ਕਰੀਬ 20% ਦੀ ਵਾਧੇ ਹੈ ਕੇਂਦਰ ਸਰਕਾਰ ਨੇ ਪੰਜਾਬ ਦੇ ਕਾਫੀ ਫੰਡ ਰੋਕੇ ਹੋਏ ਨੇ ਤੇ ਕਰਜ਼ਾ ਲੈਣ ਦੀ ਸੀਮਾ ਤੇ ਵੀ 18000 ਦੀ ਕਟੌਤੀ ਲਾ ਦਿੱਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਟੈਕਸਾਂ ਦੀ ਵਸੂਲੀ ਦੇ ਵਿੱਚ ਹੋਇਆ ਵਾਧਾ ਪੰਜਾਬ ਸਰਕਾਰ ਨੂੰ ਠੂਣਾ ਦੇਣ ਵਾਲੀ ਗੱਲ ਹੈ ਯਾਨੀ ਕਿ ਸੂਬੇ ਦੇ ਲੋਕਾਂ ਦੇ ਵੱਲੋਂ ਜਿਹੜੇ ਵੱਖ-ਵੱਖ ਤਰ੍ਹਾਂ ਦੇ ਟੈਕਸ ਵਸੂਲੇ ਜਾਂਦੇ ਨੇ ਉਸ ਦੇ ਵਿੱਚ 25% ਦੀ ਦਾਅਵਾ ਵਾਧਾ ਦਰਜ ਹੋਇਆ ਹੈ ਸਰਕਾਰ ਨੂੰ ਖਜ਼ਾਨੇ ਨੂੰ ਇਸ ਦਾ ਫਾਇਦਾ ਹੋਇਆ ਹੈ ਪਰ ਲੋਕਾਂ ਨੂੰ ਇਹ ਟੈਕਸ ਹੈ ਜਿਹੜੇ ਉਤਾਰਨੇ ਪੈਂਦੇ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਸ ਦੇ ਨਾਲ ਪੰਜਾਬ ਦੇ ਵਿਕਾਸ ਕੰਮਾਂ ਨੂੰ ਰਫਤਾਰ ਮਿਲੇਗੀ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦਾ ਸਰਕਾਰ ਤੇ ਇਲਜ਼ਾਮ ਲਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬਾਂ ਦਾ ਹੱਕ ਖੋਹ ਰਹੀ ਹੈ ਚੰਨੀ ਕੱਲ ਚਮਕੌਰ ਸਾਹਿਬ ਦੀ ਇੰਦਰਾ ਕਲੋਨੀ ਦੇ ਵਿੱਚ ਉਹਨਾਂ ਲੋਕਾਂ ਨੂੰ ਮਿਲੇ ਜਿਨ੍ਹਾਂ ਦੇ ਆਟਾ ਦਾਲ ਸਕੀਮਾ ਦੀਨ ਕਾਰਡ ਕੱਟੇ ਗਏ ਨੇ ਚੰਨੀ ਨੇ ਕਿਹਾ ਕਿ ਸੂਬੇ ਦੇ ਵਿੱਚ ਕਾਂਗਰਸ ਸਰਕਾਰ ਸਮੇਂ ਸਭ ਤੋਂ ਵੱਧ ਗਰੀਬ ਲੋਕਾਂ ਦੇ ਕਾਰਡ ਬਣਾਏ ਗਏ ਸੀ ਤਾਂ ਕਿ ਉਹ ਸਰਕਾਰ ਦੀਆਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ ਪਰ ਹੁਣ ਆਪ ਸਰਕਾਰ ਨੇ ਇਹਨਾਂ ਦੇ ਕਾਰਡ ਕੱਟ ਦਿੱਤੇ ਨੇ ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਉਹਨਾਂ ਲੋਕਾਂ ਦੇ ਨਾਲ ਧੱਕਾ ਕਰ ਰਹੀ ਹੈ ਜਿਨ੍ਹਾਂ ਨੇ ਸਰਕਾਰ ਨੂੰ ਵੋਟਾਂ ਨਹੀਂ ਪਾਈਆਂ ਚੰਨੀ ਨੇ ਇਹਨਾਂ ਲੋਕਾਂ ਦੇ ਨਾਲ ਖੜਨ ਦਾ ਦਾਵਾ ਕੀਤਾ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਆਟਾ ਦਾਲ ਸਕੀਮ ਦੇ ਅਸਲ ਹੱਕਦਾਰ ਨੇ ਉਹਨਾਂ ਦੇ ਕਾਰਡ ਮੁਰ ਤੋਂ ਚਾਲੂ ਕੀਤੇ ਜਾਣ ਦਰਅਸਲ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਲੱਖਾਂ ਲੋਕਾਂ ਦੇ ਰਾਸ਼ਨ ਕਾਰਡ ਜਿਹੜੇ ਨੇ ਉਹ ਇਸ ਸਕੀਮ ਦੇ ਵਿੱਚੋਂ ਹਟਾ ਦਿੱਤੇ ਨੇ ਕੱਟ ਦਿੱਤੇ ਨੇ ਜਲੰਧਰ ਦੇ ਕਪੂਰਥਲਾ ਤੋਂ ਖਬਰ ਹੈ ਜਿੱਥੇ ਪੁਲਿਸ ਨੇ 15 ਦਿਨਾਂ ਦੌਰਾਨ ਰਿਸ਼ਵਤ ਲੈ ਕੇ ਅਪਰਾਧੀਆਂ ਨੂੰ ਛੱਡਣ ਤੇ ਉਹਨਾਂ ਦੀ ਮਦਦ ਕਰਨ ਵਾਲੇ ਦੋ ਥਾਣੇਦਾਰਾਂ ਤੇ ਦੋ ਏਐਸਆਈਜ਼ ਖਿਲਾਫ ਕੇਸ ਦਰਜ ਕੀਤਾ ਹੈ ਇਹਨਾਂ ਦੇ ਵਿੱਚੋਂ ਇੱਕ ਥਾਣੇਦਾਰ ਸੇਵਾਮੁਕਤ ਹੈ ਯਾਨੀ ਕਿ ਕਪੂਰਥਲੇ ਵਿੱਚ 10 ਦਿਨਾਂ ਚ ਚਾਰ ਪੁਲਿਸ ਅਧਿਕਾਰੀਆਂ ਤੇ ਕੇਸ ਦਰਜ ਕੀਤੇ ਗਏ ਨੇ ਤਿੰਨ ਐਫਆਈਆਰ ਦੇ ਵਿੱਚ 24 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਤਿੰਨ ਪੁਲਿਸ ਅਧਿਕਾਰੀਆਂ ਸਣੇ 20 ਜਣੇ ਫਰਾਰ ਨੇ ਇੱਕੇ ਸੋਨਾ ਪੁਲਿਸ ਅਧਿਕਾਰੀਆਂ ਤੇ ਦਰਜ ਕੀਤੇ ਗਏ ਨੇ ਜਿਨ੍ਹਾਂ ਨੇ ਪੈਸੇ ਲੈ ਕੇ ਨਸ਼ਾ ਤਸਕਰਾਂ ਤੋਂ ਖਤਰੀ ਵਿੱਚ ਨਾਮਜ਼ਦ ਟਰੈਵਲ ਏਜੰਟਾਂ ਅਤੇ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਦੋਸ਼ 'ਤੇ ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਛੱਡਿਆ। ਐਸਐਸਪੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਨਾਮਜ਼ਦ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਹੋਰ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੇ ਪੁਲਿਸ ਵੱਲੋਂ ਇਹਨਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੋ ਜੇ ਜਿਹੀ ਕਾਰਵਾਈ ਪੂਰੇ ਪੰਜਾਬ ਦੇ ਵਿੱਚ ਕਰੇ ਪੁਲਿਸ ਵਿਭਾਗਾਂ ਤਾਂ ਪੁਲਿਸ ਦੇ ਵੱਲੋਂ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ ਉਹਨਾਂ ਦੀ ਮਦਦ ਕਰਨ ਦੀ ਬਜਾਏ ਉਹਨੂੰ ਠੱਲ ਪੈ ਸਕਦੀ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਕੱਲ ਤੱਕ ਖਤਮ ਹੋ ਚੁੱਕੀਆਂ ਨੇ ਅੱਜ ਤੋਂ ਸਵੇਰੇ ਦੇ ਸਾਰੇ ਸਕੂਲ ਲੱਗਣਗੇ ਅਤੇ ਪੰਜਾਬ ਸਰਕਾਰ ਨੇ ਅੱਜ ਤੋਂ ਲੈ ਕੇ 15 ਜੁਲਾਈ ਤੱਕ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਈ ਸਮਰ ਕੈਂਪ ਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਸਵੇਰੇ 8:00 ਵਜੇ ਤੋਂ ਲੈ ਕੇ 11:30 ਵਜੇ ਤੱਕ ਸਮਰ ਕੈਂਪ ਲੱਗੇਗਾ ਜਿਸ ਦਾ ਮਕਸਦ ਹੈ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਮਾਜ ਵਿੱਚ ਇਕੱਠਿਆਂ ਕਰਕੇ ਸਿਖਾਉਣਾ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਜਾਣਨ ਲਈ ਮੌਕੇ ਮੁਹੱਈਆ ਕਰਵਾਉਣਾ ਤੇ 15 ਜੁਲਾਈ ਨੂੰ ਪੇਸ਼ਕਾਰੀਆਂ ਹੋਣਗੀਆਂ ਅਤੇ ਮਾਪੇ ਅਧਿਆਪਕ ਮਿਲਣੀ ਵੀ ਹੋਵੇਗੀ ਇੱਕ ਵਾਰੀ ਪਹਿਲਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀ ਮਿਲਣੀ ਕਰਵਾਈ ਗਈ ਸੀ ਇਸ ਸਮਰ ਕੈਂਪ ਨੂੰ ਲੈ ਕੇ ਅੱਜ ਦੇ ਅਖਬਾਰਾਂ ਦੇ ਵਿੱਚ ਪੰਜਾਬ ਸਰਕਾਰ ਨੇ ਵੱਡੇ ਵੱਡੇ ਇਸ਼ਤਿਹਾਰ ਵੀ ਦਿੱਤੇ ਨੇ ਸਿਰੀ ਬਿਊਟੀਫੁੱਲ ਚੰਡੀਗੜ੍ਹ ਤੋਂ ਖਬਰ ਹੈ ਜਿੱਥੇ ਸੈਕਟਰ 33 ਸਥਿਤ ਟੈਰਸ ਗਾਰਡਨ ਦੇ ਵਿੱਚ ਕੱਲ ਸਵੇਰੇ ਨਾਬਾਲਗ ਲੜਕੇ ਤੇ ਲੜਕੀ ਨੇ ਖੁਦਕੁਸ਼ੀ ਕਰ ਲਈ ਇਹਨਾਂ ਦੇ ਵਿੱਚ ਪ੍ਰੇਮ ਸੰਬੰਧ ਦੱਸੇ ਜਾਂਦੇ ਨੇ ਲੜਕੇ ਦੀ ਉਮਰ 17 ਸਾਲ ਸੀ ਸੈਕਟਰ 45 ਬੁੜੈਲ ਦੇ ਵਿੱਚ ਰਹਿੰਦਾ ਸੀ ਲੜਕੀ ਨਾਬਾਲਗ ਸੀ ਸੈਕਟਰ 34 ਚ ਆਪਣੀ ਭੈਣ ਕੋਲੇ ਰਹਿੰਦੀ ਸੀ ਘਟਨਾ ਕੱਲ ਸਵੇਰੇ ਤੜਕੇ ਤੜਕੇ 4:30 ਵਜੇ ਦੇ ਕਰੀਬ ਆਪਰੀ ਜਦੋਂ ਪਾਰਕ ਚ ਸੈਰ ਕਰਨ ਵਾਲਿਆਂ ਨੇ ਦੋਵਾਂ ਦੀਆਂ ਲਾਸ਼ਾਂ ਟੈਰਸ ਟੈਰਸ ਗਾਰਡਨ ਚ ਬਣੀ ਹੱਟ ਤੇ ਲਟਕਦੀਆਂ ਦੇਖੀਆਂ ਪੁਲਿਸ ਨੂੰ ਮੋੜਲੀ ਜਾਂਚ ਦੇ ਵਿੱਚ ਕੋਈ ਖੁਦਕੁਸ਼ੀ ਨੋਟ ਤਾਂ ਨਹੀਂ ਮਿਲਿਆ ਪਰ ਪਤਾ ਲੱਗਿਆ ਕਿ ਦੋਵੇਂ ਆਪਸ ਦੇ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰ ਮੁਖਤਾਰ ਅंसारी ਤੇ ਖਰਚੇਗੇ 55 ਲੱਖ ਰੁਪਏ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲੇ ਜਾਣ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਭੱਖ ਗਈ ਹੈ ਦਰਅਸਲ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸੂਬੇ ਦੀ ਰੂਪਨਗਰ ਜੇਲ੍ਹ ਦੇ ਵਿੱਚ ਯੂਪੀ ਦੇ ਗੈਂਗਸਟਰ ਮੁਖ्तार ਅंसारी ਦੇ ਆਰਾਮ ਪ੍ਰਸਤ ਠਹਿਰਾ ਦੇ ਲਈ ਸੁਪਰੀਮ ਕੋਰਟ ਚ ਕੇਸ ਲੜਨ ਵਾਸਤੇ ਵਕੀਲਾਂ ਦੀ ਫੀਸ ਤੇ ਖਰਚੇ 55 ਲੱਖ ਰੁਪਏ ਪੰਜਾਬ ਦੇ ਖਜ਼ਾਨੇ ਚੋਂ ਅਦਾ ਨਹੀਂ ਕੀਤੇ ਜਾਣਗੇ ਇਹ ਪੈਸਾ ਕਹਿੰਦੇ ਸਾਬਕਾ ਸੀਐਮ ਤੇ ਤਤਕਾਲੀ ਗ੍ਰਹਿ ਮੰਤਰੀ ਕੈਪਟਨ ਨਵਿੰਦਰ ਸਿੰਘ ਤੇ ਸਾਬਕਾ ਉਪ ਮੁੱਖ ਮੰਤਰੀ ਤੇ ਤਤਕਾਲੀ ਜੇਲ੍ਹ ਮੰਤਰੀ ਸੁਖਜੰਦਰ ਸਿੰਘ ਰੰਧਾਵਾ ਤੋਂ ਵਸੂਲਿਆ ਜਾਵੇਗਾ ਜੇ ਉਹ ਪੈਸੇ ادا ਨਹੀਂ ਕਰਨਗੇ ਤਾਂ ਉਹਨਾਂ ਦੀ ਤਨਖਾਹ ਉਹਨਾਂ ਦੀ ਪੈਨਸ਼ਨ ਸਣੇ ਹੋਰ ਸਰਕਾਰੀ ਸਹੂਲਤਾਂ ਬੰਦ ਕੀਤੀਆਂ ਜਾਣਗੀਆਂ ਮੁੱਖ ਮੰਤਰੀ ਦੇ ਇਸ ਵੱਡੇ ਐਲਾਨ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਵਾਬ ਦਿੱਤੇ ਨੇ ਕਾਂਗਰਸ ਐਮ ਐਲ ਏ ਰੰਧਾਵਾ ਨੇ ਤਾਂ ਸਿਰਫ ਇੰਨੇ ਕਿਹਾ ਕਿ ਜਦੋਂ ਸਾਨੂੰ ਨੋਟਿਸ ਆਊਗਾ ਉਦੋਂ ਅਸੀਂ ਮੁੱਖ ਮੰਤਰੀ ਨੂੰ ਜਵਾਬ ਦੇਵਾਂਗੇ ਤੇ ਉਹਨਾ ਇਹ ਵੀ ਦਾਵਾ ਕੀਤਾ ਕਿ ਕਾਂਗਰਸ ਸਰਕਾਰ ਨੇ ਕੋਰਟ ਦੇ ਹੁਕਮਾਂ ਤੇ ਅਨਸਾਰੀ ਨੂੰ ਜੇਲ੍ਹ ਦੇ ਵਿੱਚ ਰੱਖਿਆ ਸੀ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਵਿਚਾਲੇ ਤਾਂ ਫਿਰ ਟਵੀਟ ਟਵੀਟ ਦੀ ਲੜਾਈ ਹੀ ਛਿੜ ਪਈ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਮਾਨ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਅਜਿਹੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਕਾਨੂੰਨ ਤੇ ਜਾਂਚ ਪ੍ਰਕਿਰਿਆ ਸਿੱਖਣੀ ਚਾਹੀਦੀ ਹੈ ਕੈਪਟਨ ਨੇ ਕਿਹਾ ਕਿ ਉਹ 9.5 ਸਾਲ ਸੂਬੇ ਦੇ ਮੁੱਖ ਮੰਤਰੀ ਰਹੇ ਨੇ ਜਦ ਕਿ ਭਗਵੰਤ ਮਾਨ ਨੇ ਡੇਢ ਸਾਲ ਵੀ ਪੂਰਾ ਨਹੀਂ ਕੀਤਾ ਤੇ ਜੇ ਇਹ ਅਣਜਾਣੇ ਬਿਆਨ ਦੇਣ ਤੋਂ ਪਹਿਲਾਂ ਸ਼ਾਸਨ ਕਰਨ ਬਾਰੇ ਸਿੱਖ ਲੈਣਾ ਚਾਹੀਦਾ ਹੈ ਤਜਰਬਾ ਹਾਸਲ ਕਰਨਾ ਚਾਹੀਦਾ ਹੈ ਕੈਪਟਨ ਨੇ ਕਿਹਾ ਕਿ ਮੁਖ्तार ਅंसारी ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਜਾਂਚ ਲਈ ਇੱਥੇ ਲਿਆਂਦਾ ਗਿਆ ਸੀ ਤੇ ਨਾਲ ਹੀ ਕੈਪਟਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਜਾਂ ਫਿਰ ਜੇਲ੍ਹ ਮੰਤਰੀ ਕਿੱਥੇ ਆਉਂਦੇ ਨੇ ਕੈਪਟਨ ਅਭਿੰਦਰ ਸਿੰਘ ਦੇ ਸਟ੍ਰੀਟ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਫੇਰ ਜਵਾਬ ਦਿੱਤਾ ਕਹਿੰਦੇ ਕੈਪਟਨ ਸਾਹਿਬ ਤੁਹਾਡੀ ਸਿਆਣਪ ਨੇ ਤਾਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਕੈਪਟਨ ਨੂੰ ਕਹਿੰਦੇ ਹਮੇਸ਼ਾ ਸੂਜੇ ਦੇ ਲੋਕਾਂ ਦੀ ਬਜਾਏ ਆਪਣੀ ਕੁਰਸੀ ਦੀ ਹੀ ਚਿੰਤਾ ਰਹੀ ਕੈਪਟਨ ਦੇ ਪੁਰਖਿਆਂ ਨੇ ਵੀ ਆਪਣੇ ਸਵਾਰਥਾਂ ਲਈ ਮੁਗਲਾਂ ਤੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਤੇ ਸਾਬਕਾ ਮੁੱਖ ਮੰਤਰੀ ਨੇ ਆਪਣੇ ਪੁਰਖਿਆਂ ਦੀ ਲੀਹ ਤੇ ਚੱਲਦੇ ਆਪਣੇ ਸਿਆਸੀ ਹਿੱਤਾਂ ਨੂੰ ਪੂਰਨ ਲਈ ਲੋੜ ਪੈਣ ਤੇ ਕਾਂਗਰਸ ਅਤੇ ਅਕਾਲੀਆਂ ਦੇ ਨਾਲ ਸਾਂਝ ਪਾਈ ਤੇ ਹੁਣ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਲਈ ਜ਼ਿੰਮੇਦਾਰ ਭਗਵਾ ਪਾਰਟੀ ਦੇ ਨਾਲ ਹੱਥ ਮਿਲਾਉਣ ਦਾ ਫੈਸਲਾ ਕਰ ਲਿਆ ਸੂਬ ਮੁਖਤਾਰ ਅंसारी ਤੇ ਖਰਚੇ 55 ਲੱਖ ਦੇ ਮਾਮਲੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੋ ਵਿਰੋਧੀ ਲੀਡਰਾਂ ਦੇ ਵਿਚਾਲੇ ਜਿਹੜੀ ਸਿਆਸੀ ਜੰਗ ਛ ਇਆ ਉਸਦਾ ਅੰਜਾਮ ਕੀ ਹੋਵੇਗਾ ਕੀ 55 ਲੱਖ ਰੁਪਏ ਇਹਨਾਂ ਦੋਵੇਂ ਲੀਡਰਾਂ ਤੋਂ ਪੰਜਾਬ ਸਰਕਾਰ ਵਸੂਲਣ ਦੇ ਵਿੱਚ ਕਾਮਯਾਬ ਹੋ ਜਾਵੇਗੀ ਜਾਂ ਫਿਰ ਇਹ ਸਿਰਫ ਸਿਆਸੀ ਬਿਆਨਬਾਜ਼ੀਆਂ ਹੀ ਰਹਿ ਜਾਣਗੀਆਂ ਪਟਿਆਲਾ ਦੇ ਪਾਤਰਾਂ ਦੇ ਵਿੱਚ ਕੱਲ ਦਿਲ ਨੂੰ ਹਿਲਾਉਣ ਵਾਲੀ ਘਟਨਾ ਵਾਪਰੀ ਵਾਰਦਾਤ ਇਹ ਹੈ ਕਿ ਨਸ਼ੇ ਦੇ ਆਦੀ ਇੱਕ ਨੌਜਵਾਨ ਨੇ ਆਪਣੀ ਹੀ ਮਾਂ ਤੇ ਭਰਾ ਦਾ ਕਤਲ ਕਰ ਦਿੱਤਾ ਮਾਂ ਦੀ লাশ ਦੇ ਟੁਕੜੇ ਕਰਕੇ ਉਹਨੂੰ ਘਰ ਦੇ ਵਿੱਚ ਸਾੜਿਆ ਤੇ ਭਰਾ ਦੀ লাশ ਡਰੇਨ ਦੇ ਵਿੱਚ ਸੁੱਟ ਦਿੱਤੀ ਇਹ ਵਾਰਦਾਤ ਪਿੰਡ ਕਾਂਗਥਲਾ ਦੇ ਵਿੱਚ ਵਾਪਰੀ ਹੈ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗਿੰਦੀ ਵਜੋਂ ਹੋਈ ਹੈ ਜੋ ਨਸ਼ੇ ਦਾ ਆਦੀ ਸੀ ਪਿੰਡ ਕਾਂਖਲਾ ਵਿੱਚ ਹੀ ਰਹਿੰਦੇ ਪਰਮਜੀਤ ਦੇ ਚਚੇਰੇ ਪ੍ਰਾ ਭਗਵਾਨ ਦਾਸ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਨੇ ਕਿ ਗੁਰਵਿੰਦਰ ਅਕਸਰ ਆਪਣੀ ਮਾਂ ਤੋਂ ਪੈਸੇ ਮੰਗਦਾ ਸੀ ਇਹਦੇ ਪਿੱਛੇ ਕਈ ਵਾਰੀ ਪਰਮਜੀਤ ਕੌਰ ਅਤੇ ਆਪਣੇ ਮਤਰੇਹ ਭਰਾ ਜਸਵਿੰਦਰ ਸਿੰਘ ਉਰਫ ਜੋਧਾ ਦੇ ਨਾਲ ਉਹ ਲੜਾਈ ਵੀ ਕਰ ਚੁੱਕਿਆ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਪਰਮਜੀਤ ਦੇ ਗਵੰਡੀ ਨੇ ਫੋਨ ਕਰਕੇ ਉਹਨੂੰ ਦੱਸਿਆ ਕਿ ਪਰਮਜੀਤ ਦੇ ਘਰੇ ਕੁਝ ਛੜ ਰਿਹਾ ਹੈ ਇਹਦੇ ਮਗਰੋਂ ਜਦੋਂ ਕੁਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਉਹਦੇ ਘਰ ਪਹੁੰਚਿਆ ਤਾਂ ਉਸ ਦਾ ਭਾਨਜਾ ਗੁਰਵਿੰਦਰ ਤੇ ਉਸਦੇ ਦੋ ਦੋਸਤ ਉਹਨਾਂ ਨੂੰ ਦੇਖ ਕੇ ਭੱਜ ਗਏ ਯਾਨੀ ਕਿ ਮੁਲਜ਼ਮ ਨੇ ਰੇ ਉਹ ਘਰੋਂ ਭੱਜ ਕੇ ਕਾਰ ਦੇ ਵਿੱਚ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੁਲਿਸ ਨੇ ਮੋਲਸਵੰਦੇ ਖਿਲਾਫ ਪਰਚਾ ਦਰਜ ਕਰਕੇ ਇਹਨਾਂ ਦੀ ਭਾਲ ਵਿੱਢ ਦਿੱਤੀ ਹੈ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਵਾਰਦਾਤ ਸਮੇਂ ਵਰਤੀ ਹਥਿਆਰ ਸੱਬਲ ਪਰਮਜੀਤ ਕੌਰ ਦਾ ਸੜਿਆ ਹੋਇਆ ਪਿੰਜਰ ਤੇ ਜਸਵਿੰਦਰ ਦੀ ਲਾਸ਼ ਸੁਟਣ ਲਈ ਵਰਤੀ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਪਿੰਡ ਵਾਸੀਆਂ ਦੇ ਦਸਨ ਮੁਤਾਬਕ ਪਰਮਜੀਤ ਕੌਰ ਸਮਾਣਾ ਨੇੜਲੇ ਪਿੰਡ ਸਮਾਨਪੁਰ ਦੇ ਵਸਨੀਕ ਜਨਪਾਲ ਸਿੰਘ ਨਾਲ ਵਿਆਹੀ ਸੀ ਜਿੱਥੇ ਗੁਰਵਿੰਦਰ ਸਿੰਘ ਪੈਦਾ ਹੋਇਆ ਸੀ ਜਨਪਾਲ ਸਿੰਘ ਜਰਮਨ ਚਲਾ ਗਿਆ ਤੇ ਮੁੜ ਕੇ ਕਦੇ ਵਾਪਸ ਨਹੀਂ ਆਇਆ 30 ਸਾਲ ਪਹਿਲਾਂ ਫਿਰ ਪਰਮਜੀਤ ਦਾ ਦੂਸਰਾ ਵਿਆਹ ਰਗਵੀਰ ਸਿੰਘ ਵਾਸੀ ਦੁਤਾਲ ਨਾਲ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਜਸਵਿੰਦਰ ਸਿੰਘ ਪੈਦਾ ਹੋਇਆ 2008 ਵਿੱਚ ਰਗਵੀਰ ਸਿੰਘ ਦੁਤਾਲ ਤੋਂ ਜ਼ਮੀਨ ਵੇਚ ਕੇ ਪਿੰਡ ਕਾਂਖਲਾ ਆ ਗਿਆ ਸੀ ਤੇ ਕੁਝ ਸਾਲ ਪਹਿਲਾਂ ਰਗਵੀਰ ਸਿੰਘ ਦੀ ਵੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਤਿੰਨੇ ਮਾਪੁੱਤ ਹੀ ਘਰੀ ਰਹਿੰਦੇ ਸਨ ਤੇ ਇਸ ਵੱਡੀ ਵਾਰਦਾਤ ਨੇ ਜਿਹੜੀ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਵਾਰਦਾਤ ਹੈ ਜਿਹੜੀ ਕਿ ਨਸ਼ਿਆਂ ਦੇ ਆਦੀ ਹੋਣ ਦਾ ਨਤੀਜਾ ਹੈ ਉਸਨੇ ਪਿੰਡ ਕਾਂਗਥਲਾ ਹੀ ਨਹੀਂ ਜਿਹੜਾ ਵੀ ਇਸ ਖਬਰ ਨੂੰ ਸੁਣਦਾ ਹੈ ਉਸ ਨੂੰ ਤੁਰੰਦਰ ਤੱਕ ਹਿਲਾ ਕੇ ਰੱਖ ਦਿੰਦਾ ਹੈ ਬਠਿੰਡਾ ਦੇ ਮੋੜ ਮੰਡੀ ਦੇ ਵਿੱਚ ਸੜਕ ਹਾਦਸਾ ਵਾਪਰਿਆ ਹੈ ਮੋੜ ਰਾਮਪਰਾ ਰੋਡ ਤੇ ਸਥਿਤ ਪਿੰਡ ਰਾਮਨਗਰ ਨੇੜੇ ਕੱਲ ਤੜਕੇ ਤੜਕੇ ਵਾਪਰੀ ਸੜਕ ਹਾਦਸੇ ਵਿੱਚ ਕਾਰ ਚਾਲਕ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਇੱਕ ਮਹਿਲਾ ਗੰਭੀਰ ਰੂਪ ਚ ਜ਼ਖਮੀ ਹੋ ਗਈ ਸੁਰਿੰਦਰ ਸਿੰਘ 35 ਸਾਲ ਦੀ ਉਮਰ ਤਲਵੰਡੀ ਸਾਬੋ ਦੇ ਜਿਉਨ ਸਿੰਘ ਵਾਲਾ ਦਾ ਰਹਿਣ ਵਾਲਾ ਸੀ ਉਹ ਆਪਣੀ ਪਤਨੀ ਸੰਦੀਪ ਕੌਰ ਦੇ ਨਾਲ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੋਂ ਮੱਥਾ ਟੇਕ ਕੇ ਆਪਣੀ ਕਾਰ ਦੇ ਵਿੱਚ i20 ਕਾਰ ਦੇ ਵਿੱਚ ਵਾਪਸ ਆ ਰਿਹਾ ਸੀ ਸਵੇਰੇ ਜਦੋਂ ਕਰੀਬ 5 ਵਜੇ ਪਿੰਡ ਰਾਮਨਗਰ ਨੇੜੇ ਪਹੁੰਚਿਆ ਤਾਂ ਉਹਨਾਂ ਦੀ ਕਾਰ ਨੇ ਸਾਈਕਲਾਂ ਤੇ ਸੈਰ ਕਰ ਰਹੇ ਦੋ ਜਣਿਆਂ ਨੂੰ ਡਰੜ ਦਿੱਤਾ ਕਾਰ ਬੇਕਾਬੂ ਹੋ ਕੇ ਕਿੱਕਰ ਨਾਲ ਝਟਕ ਰਾਈ ਇਸ ਟੱਕਰ ਦੇ ਵਿੱਚ ਸਾਈਕਲ ਸਵਾਰ ਦੋਵੇਂ ਜਸਵਿੰਦਰ ਸਿੰਘ ਗੁਰਤੇਜ ਸਿੰਘ ਤੇਜੀ ਉਮਰ 45 ਸਾਲ ਤੇ 42 ਸਾਲ ਥੰਮਣਗੜ ਦੇ ਰਹਿਣ ਵਾਲੇ ਸਨ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ। ਕਾਰ ਚਲਾਉਣ ਵਾਲੇ ਸੁਰਿੰਦਰ ਸਿੰਘ ਦੀ ਵੀ ਮੌਕੇ ਤੇ ਮੌਤ ਹੋ ਗਈ। ਸੰਦੀਪ ਕੌਰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਹੈ। ਬਟਾਲਾ ਦੇ ਪਿੰਡ ਵਡਾਲਾ ਬਾਂਗਰ ਦੇ ਨੌਜਵਾਨ ਕਮਲਜੀਤ ਸਿੰਘ ਦੀ ਨਿਊਜ਼ੀਲੈਂਡ ਵਿੱਚ ਅਚਾਨਕ ਮੌਤ ਹੋ ਗਈ ਹੈ। 24 ਸਾਲ ਦਾ ਕਮਲਜੀਤ 6 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਨਿਊਜ਼ੀਲੈਂਡ ਗਿਆ ਸੀ 1.5 ਸਾਲ ਪਹਿਲਾਂ ਹੀ ਉਹਨੂੰ ਉੱਥੇ ਪੀਆਰ ਮਿਲੀ ਸੀ 3 ਕੁ ਮਹੀਨਿਆਂ ਨੂੰ ਉਹਨੇ ਪੰਜਾਬ ਵਿਆਹ ਕਰਵਾਉਣ ਆਉਣਾ ਸੀ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਅਚਾਨਕ ਇੱਕ ਫੋਨ ਨੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਲੁਧਿਆਣਾ ਦੇ ਥਾਣਾ ਡੇਲੋ ਅਧੀਨ ਪੈਂਦੇ ਪਿੰਡ ਜਰਖੜ ਦੇ ਗੁਰਦੁਆਰੇ ਤੇ ਕਬਜ਼ੇ ਦੀ ਕੋਸ਼ਿਸ਼ ਤਹਿਤ ਗੋਲੀ ਚੱਲਣ ਦੀ ਘਟਨਾ ਸਬੰਧੀ ਪੁਲਿਸ ਨੇ 20 ਜਣਿਆਂ ਤੇ ਪਰਚਾ ਦਰਜ ਕਰਕੇ 5 ਨੂੰ ਗ੍ਰਿਫਤਾਰ ਕਰ ਲਿਆ। ਘਟਨਾ ਦੌਰਾਨ ਦੋਹਾਂ ਤਰ੍ਹਾਂ ਦੇ 5 ਜਣੇ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮੋੜਲੀ ਜਾਂਚ ਵਿੱਚ ਪਤਾ ਲੱਗਿਆ ਕਿ ਮਾਤਾ ਸਾਹਿਬਕੌਰ ਕਮੇਟੀ ਤੇ ਮਾਤਾ ਸਾਹਿਬਕੌਰ ٹرسٹ ਦੇ ਨਾਂ ਹੇਠ ਬਣੀਆਂ ਸੰਸਥਾਵਾਂ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ਤੇ ਕਾਬਜ਼ ਹੋਣ ਲਈ ਲੜ ਰਹੇ ਸਨ। ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ। ਗੁਰਦਰਾਮਾਤਾ ਸਾਇਬਕਰ ਮੰਜੀਸਾਏ ਪਿੰਡ ਜ਼ਰਖੜ ਦੇ ਹੈੱਡ ਗ੍ਰਾਂਥੀ ਜ਼ੁਰਾਵਰ ਸਿੰਘ ਨੇ ਦੱਸਿਆ ਕਿ ਲੰਗੀ ਦੁਪਹਿਰ 20 ਤਕਰੀਬ ਵਿਅਕਤੀਆਂ ਨੇ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਗੁਰੂ ਘਰ ਤੋਂ ਅਨਾਊਂਸਮੈਂਟ ਕੀਤੀ ਤਾਂ ਲੋਕਾਂ ਦਾ ਇਕੱਠ ਹੋ ਗਿਆ ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਜਰਨਲ ਸਕੱਤਰ ਜਰਨੈਲ ਸਿੰਘ ਵੱਲ ਗੋਲੀਆਂ ਮਾਰੀਆਂ ਪਰ ਜਾਨ ਉਸਦੀ ਬਚ ਗਈ ਇਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਵੀ ਕਈ ਗੋਲੀਆਂ ਚਲਾਈਆਂ ਗੁਰੂਕਰਦੇ ਅੰਦਰੋਂ ਸੀਸੀਟੀਵੀ ਦੀ ਡੀਆ ਡੀਵੀਆਰ ਵੀ ਚੋਰੀ ਕਰ ਲਈ ਗਈ ਤੇ ਹਮਲਾਵਰਾਂ ਨੇ ਬਾਹਰ ਖੜੀਆਂ ਗੱਡੀਆਂ ਦੀ ਵੀ ਪੰਨ ਤੋੜ ਕਰ ਦਿੱਤੀ ਇਸ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ ਤੇ ਕਾਰਵਾਈ ਕਰਨੀ ਪਈ ਬਠਿੰਡਾ ਦੇ ਪੁੱਚੋ ਮੰਡੀ ਦੇ ਵਿੱਚ ਪੁਲਿਸ ਨੇ ਜਿਹੜੇ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਪਰਸੋਂ ਲਾਠੀ ਚਾਰਜ ਕੀਤਾ ਸੀ ਉਸ ਦੇ ਵਿਰੋਧ ਵਿੱਚ ਕੱਲ ਕਿਸਾਨਾਂ ਨੇ ਕੌਮੀ ਮਾਰਗ ਤੇ ਆਵਾਜਾਈ ਠੱਪ ਕਰਨ ਦਾ ਪ੍ਰੋਗਰਾਮ ਐਲਾਨਿਆ ਸੀ ਪਰ ਉਸ ਨੂੰ ਉਸ ਵਕਤ ਮੁਲਤਵੀ ਕਰ ਦਿੱਤਾ ਗਿਆ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਕੋਲੋਂ ਨਾਲ ਮੀਟਿੰਗ ਕਰਕੇ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਤੇ ਲਾਠੀ ਚਾਰਜ ਦੌਰਾਨ ਹੋਏ ਨੁਕਸਾਨ ਦੀ ਪਰਪਾਈ ਦਾ ਭਰੋਸਾ ਦਿੱਤਾ ਇਸ ਤੋਂ ਬਾਅਦ ਫਿਰ ਕਿਸਾਨਾਂ ਨੇ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਜੇ ਫੈਸਲੇ ਇਨਬਿਨ ਲਾਗੂ ਨਾ ਹੋਏ ਤਾਂ ਕਿਸਾਨ ਮੁੜ ਸੰਘਰਸ਼ ਕਰਨਗੇ ਇਹ ਵੀ ਚੇਤਾਵਨੀ ਦਿੱਤੀ ਹੈ ਪਿਛਲੇ ਦਿਨੀ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਗੁਰੂ ਨਾਨਕ ਗੁਰਦੁਆਰੇ ਦੇ ਪ੍ਰਧਾਨ ਤੇ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਸਿੱਖ ਸੰਗਤ ਦਾ ਗੁਰੂ ਘਰ ਦੇ ਵਿੱਚ ਫੇਰ ਇਕੱਠ ਹੋਇਆ ਦਰਅਸਲ ਨਿੱਜਰ ਦੇ ਕਾਤਲ ਹਾਲੇ ਤੱਕ ਨਹੀਂ ਫੜੇ ਗਏ RCMP ਹਾਲੇ ਤੱਕ ਕਾਤਲਾਂ ਤੱਕ ਪਹੁੰਚ ਨਹੀਂ ਸਕੀ ਤੇ ਇਸ ਦਰਮਿਆਨ ਇੱਥੇ ਵੱਸਦੇ ਸਿੱਖ ਭਾਈਚਾਰੇ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਸਿੱਖ ਭਾਈਚਾਰਾ 5 ਲੱਖ ਡਾਲਰ ਦੇ ਇਨਾਮ ਦਾ ਐਲਾਨ ਕਰੇ ਜਿਹੜਾ ਵੀ ਨਿੱਜਰ ਦੇ ਕਾਤਲਾਂ ਦੀ ਜਾਣਕਾਰੀ ਦੇਵੇ ਇਸ ਤੇ ਵਿਚਾਰ ਚਰਚਾ ਸੰਗਤ ਦੇ ਨਾਲ ਕੀਤੀ ਗਈ ਤਾਂ ਸਿੱਖ ਲੀਡਰਾਂ ਨੇ ਇਹ ਤੈਅ ਕੀਤਾ ਹੈ ਕਿ ਹਾਲ ਦੀ ਘੜੀ 5 ਲੱਖ ਡਾਲਰ ਦਾ ਇਨਾਮ ਨਹੀਂ ਐਲਾਨਿਆ ਜਾਵੇਗਾ ਕਿਉਂਕਿ RCMP ਦੇ ਨਾਲ ਮੀਟਿੰਗ ਹੋਈ ਹੈ ਸਿੱਖਾਂ ਦੀ ਤਾਂ RCMP ਨੇ ਕਿਹਾ ਹੈ ਕਿ ਜੇ ਇਹ ਐਲਾਨ ਕੀਤਾ ਜਾਏਗਾ ਤਾਂ ਇਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ ਸੋ ਸਿੱਖ ਸੰਗਤ ਨੇ ਉੱਥੇ ਫੈਸਲਾ ਲਿਆ ਹੈ ਕਿ ਪੁਲਿਸ ਦੀ ਜਾਂਚ ਹੈ ਜਿਹੜੀ ਉਹਦੇ ਵਿੱਚ ਕੋਈ ਰੁਕਾਵਟ ਨਾ ਪਵੇ ਇਸ ਕਰਕੇ ਹਾਲੇ ਇਸ ਐਲਾਨ ਨੂੰ ਰੋਕਿਆ ਜਾ ਰਿਹਾ ਹੈ ਹਾਲੇ ਇਹ ਐਲਾਨ ਹੈ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਗੁਰੂ ਘਰ ਦੇ ਵਿੱਚ ਸੰਗਤ ਦਾ ਜਿਹੜਾ ਇਕੱਠ ਹੋਇਆ ਉੱਥੇ ਐਮਪੀ ਸੁਖਤਾਲੀਵਾਲ ਵੀ ਪਹੁੰਚੇ ਹੋਏ ਸਨ ਸਰੀ ਤੋਂ ਇਹ ਜਾਣਕਾਰੀ ਸਰਬਰਾਜ ਸਿੰਘ ਕੱਲੋਂ ਰੇਡੀਓ ਪੰਜਾਬ ਦੇ ਪੱਤਰਕਾਰ ਨੇ ਦਿੱਤੀ ਹੈ